सबको जय मसीह की। मैं जतिन बब्बर और आप देख रहे हैं मसीह परिवार चैनल। जैसे कि आप सब जानते हैं कि मैं इस चैनल पे प्रभु के अलग अलग दासों की वीडियोस डालता हूं, तो अगर आपको हमारा चैनल अच्छा लगता है तो आप इस चैनल को ज़्यादा से ज़्यादा सब्सक्राइब जरूर करें, ताकि आप प्रभु के वचन को सुन सके, वीडियोस को ज़्यादा से ज़्यादा शेयर करें, ताकि जिन लोगों तक वचन नहीं पहुंचा उन तक भी वचन पहुंच सके। सबको जय मसीह की। एक बार मैं आपसे दोबारा कहूंगा कि इस चैनल को सब्सक्राइब जरूर करें और वीडियोस को ज़्यादा से ज़्यादा शेयर करें। जय मसीह की। संसार दे विच कितनी बुराइयां अज वध चुकियां आ, उन्हां बुराइयां दे करके ही शैतान अज उन्हां बुराइयां नूं लेके आंदा ते उस व्यक्ति दी लाइफ च एंटर करदा आ, ते ओ व्यक्ति परमेश्वर तों की हो जांदा आ, दूर हो जांदा आ। ਤੁਸੀਂ ਕਿਹਦੇ ਅਧੀਨ ਚੱਲਣਾ? ਤੁਸੀਂ ਪਰਮੇਸ਼ਵਰ ਦੇ ਅਧੀਨ ਚੱਲਣਾ। ਤੁਸੀਂ ਸ਼ੈਤਾਨ ਦੇ ਅਧੀਨ ਨਹੀਂ ਚੱਲ ਸਕਦੇ, ਤੁਸੀਂ ਸੰਸਾਰ ਦੇ ਨਾਲ ਸੰਬੰਧ ਨਹੀਂ ਰੱਖ ਸਕਦੇ, ਕਿਉਂਕਿ ਅਗਰ ਸੰਬੰਧ ਸੰਸਾਰ ਦੇ ਨਾਲ ਹੋਏਗਾ, ਸੰਸਾਰ ਦੀਆਂ ਵਸਤੂਆਂ ਨੂੰ ਪ੍ਰੀਏ ਜਾਣੋਗੇ ਤਾਂ ਪਰਮੇਸ਼ਵਰ ਤੋਂ ਦੂਰ ਹੋਵੋਗੇ, ਔਰ ਸ਼ੈਤਾਨ ਦਾ ਅਟੈਕ ਜਿਹੜਾ ਤੁਹਾਡੀਆਂ ਜ਼ਿੰਦਗੀਆਂ 'ਚ ਹੋਵੇਗਾ, ਫਿਰ ਤੁਸੀਂ ਪ੍ਰਾਰਥਨਾ ਲਾਈਨ ਦੇ ਵਿੱਚ ਖੜ੍ਹੇ ਹੋਵੋਗੇ। ਅੱਜ ਦਾ ਵਚਨ ਕੜਵਾ ਵਚਨ ਤਾਂ ਜ਼ਰੂਰ ਆ, ਪਰ ਮੇਰਾ ਵਿਸ਼ਵਾਸ ਆ ਕਿ ਅੱਜ ਦਾ ਵਚਨ ਤੁਹਾਨੂੰ ਸਾਫ਼ ਕਰ ਦੇਗਾ, ਕਲੀਨ ਕਰ ਦੇਗਾ ਅੱਜ ਦਾ ਵਚਨ। ਇਹ ਸਿੱਖਿਆ ਕੜਵੀ ਤਾਂ ਜ਼ਰੂਰ ਲੱਗੇਗੀ ਹਰ ਇੱਕ ਜਨ ਨੂੰ, ਕਿਸੇ ਕਿਸੇ ਨੂੰ, ਪਰ ਇਹ ਕੜਵੀ ਸਿੱਖਿਆ ਤੁਹਾਡੀਆਂ ਜ਼ਿੰਦਗੀਆਂ ਨੂੰ ਸਾਫ਼ ਕਰ ਦੇਗੀ। ਜਿੱਦਾਂ ਕਹਿੰਦੇ ਨਾ, ਕਰੇਲਾ ਕੜਵਾ ਤਾਂ ਜ਼ਰੂਰ ਆ, ਖਾਣ 'ਚ ਤਾਂ ਬਹੁਤ ਕੜਵਾ ਆ, ਪਰ ਕਹਿੰਦੇ ਬਲੱਡ ਨੂੰ ਉਹ ਸਾਫ਼ ਕਰ ਦਿੰਦਾ। ਅੱਜ ਇਹ ਵਚਨ ਹੈ ਤਾਂ ਬਹੁਤ ਕੜਵਾ ਆ, ਪਰ ਇਹ ਸਾਫ਼ ਕਰ ਦੇਗਾ ਤੁਹਾਡੀਆਂ ਜ਼ਿੰਦਗੀਆਂ ਨੂੰ। ਪਰਮੇਸ਼ਰ ਦੇ ਨਾਲ ਇੱਕ ਅਦਭੁਤ ਰਿਲੇਸ਼ਨਸ਼ਿਪ ਬਣਾਉਣ ਦੇ ਲਈ ਤੁਸੀਂ ਮਜਬੂਰ ਹੋ ਜਾਓਗੇ। ਪਰਮੇਸ਼ਰ ਨੇ ਅੱਜ ਆਪਣੇ ਲੋਕਾਂ ਦੇ ਲਈ ਕੀ ਮਰਜ਼ੀ ਦਿੱਤੀ ਆ, ਕੀ ਆਵਾਜ਼ ਦਿੱਤੀ ਆ? ਸਭ ਤੋਂ ਪਹਿਲਾਂ ਟੌਪਿਕ ਲਿਖੋ ਅੱਜ ਦੇ ਵਚਨ ਦਾ, ਕਿ ਸੰਸਾਰ ਕੇ ਸਾਥ ਕੈਸਾ ਸੰਬੰਧ ਨਹੀਂ ਰੱਖਣਾ। ਪ੍ਰਭੂ ਅੱਜ ਆਪਣੇ ਲੋਕਾਂ ਤੋਂ ਕੀ ਚਾਹੁੰਦਾ, ਔਰ ਚਰਚ ਦੇ ਲੋਕਾਂ ਤੋਂ, ਕਲੀਸੀਆ ਤੋਂ ਕੀ ਚਾਹੁੰਦਾ ਆ? ਕਿ ਸੰਸਾਰ ਦੀਆਂ ਚੀਜ਼ਾਂ ਦੇ ਉੱਤੇ, ਸੰਸਾਰ ਦੀਆਂ ਵਸਤੂਆਂ ਦੇ ਉੱਤੇ, ਸੰਸਾਰ ਦੇ ਨਾਲ ਮੇਰੀ ਕਲੀਸੀਆ ਮਨ ਨਾ ਲਗਾਏ, ਔਰ ਕੋਈ ਵੀ ਉਹਦਾ ਰਿਲੇਸ਼ਨਸ਼ਿਪ ਸੰਬੰਧ ਨਹੀਂ ਹੋਣਾ ਚਾਹੀਦਾ। ਸੰਸਾਰ ਮਤਲਬ ਇਸ ਤਰ੍ਹਾਂ ਨਹੀਂ ਆ ਕਿ ਤੁਸੀਂ ਸੰਸਾਰ ਤੋਂ ਬਿਲਕੁਲ ਹੀ ਅਲੱਗ ਹੋ ਜਾਓ। ਸੰਸਾਰ ਮਤਲਬ ਉਹਨਾਂ ਬੁਰੀਆਂ ਚੀਜ਼ਾਂ ਤੋਂ ਜੋ ਪਰਮੇਸ਼ਰ ਦੇ ਵਚਨ ਦੇ ਖਿਲਾਫ਼ ਆ, ਜੋ ਪਰਮੇਸ਼ਰ ਤੋਂ ਤੁਹਾਨੂੰ ਦੂਰ ਕਰਦੀਆਂ, ਜੋ ਤੁਹਾਡੀਆਂ ਅੱਖਾਂ ਨੂੰ ਪਾਪ ਦੇ ਵਿੱਚ ਗਿਰਾਉਂਦੀਆਂ, ਜੋ ਤੁਹਾਡੇ ਸਰੀਰ ਨੂੰ ਅਪਵਿੱਤਰ ਕਰਦੀਆਂ, ਜੋ ਤੁਹਾਨੂੰ ਪਾਪ ਦੇ ਵਿੱਚ ਲੈ ਕੇ ਜਾਂਦੀਆਂ, ਘਮੰਡ ਦੇ ਵਿੱਚ ਲੈ ਕੇ ਜਾਂਦੀਆਂ, ਲਾਲਚ ਦੇ ਵਿੱਚ ਲੈ ਕੇ ਜਾਂਦੀਆਂ, ਚੋਰੀ ਦੇ ਵਿੱਚ ਲੈ ਕੇ ਜਾਂਦੀਆਂ, ਬੁਰਾਈ ਦੇ ਵਿੱਚ ਲੈ ਕੇ ਜਾਂਦੀਆਂ। ਕਿਸ ਚੀਜ਼ ਤੋਂ ਪਰਮੇਸ਼ਰ ਅੱਜ ਅਲੱਗ ਹੋਣ ਤੋਂ ਕਹਿੰਦਾ ਆ? ਪਰਮੇਸ਼ਰ ਕਹਿੰਦਾ ਕਿ ਮੇਰੇ ਲੋਕ ਜਿਹੜੇ ਆ, ਉਹ ਸੰਸਾਰ ਦੇ ਨਾਲ ਮੇਰੇ ਲੋਕਾਂ ਦਾ ਸੰਬੰਧ ਜਿਹੜਾ ਉਹ ਨਹੀਂ ਹੋਣਾ ਚਾਹੀਦਾ। ਕਿਉਂਕਿ ਜਦੋਂ ਆਪਾਂ ਬਾਈਬਲ ਦੇ ਵਿੱਚ ਪੜ੍ਹਦੇ ਹਾਂ, ਤੁਸੀਂ ਲਿਖਣਾ ਨਾਲ ਦੀ ਨਾਲ, ਬਾਈਬਲ 'ਚ ਲਿਖਿਆ ਸੰਸਾਰ ਔਰ ਕਲੀਸੀਆ ਦੋਨੋਂ ਅਲੱਗ ਅਲੱਗ ਆ, ਮੀਨਸ ਸੰਸਾਰ ਔਰ ਕਲੀਸੀਆ ਇਹ ਦੋਨੋਂ ਅਲੱਗ ਅਲੱਗ ਪਾਰਟ ਆ। ਬਾਈਬਲ 'ਚ ਲਿਖਿਆ ਸੰਸਾਰ ਜਿਹੜਾ ਉਹ ਸ਼ੈਤਾਨ ਦੇ ਅਧੀਨ ਆ। ਜਦੋਂ ਆਪਾਂ ਪਹਿਲਾ ਯੋਹੰਨਾ 5:19 ਦੇ ਵਿੱਚ ਪੜ੍ਹਦੇ, ਉਹਦੇ ਵਿੱਚ ਲਿਖਿਆ ਕਿ ਹਮ ਪਰਮੇਸ਼ਵਰ ਸੇ ਹੈ ਔਰ ਸਾਰਾ ਸੰਸਾਰ ਉਸ ਦੁਸ਼ਟ ਕੇ ਬਸਮੇ ਪੜਾ ਹੈ। ਮੀਨਸ ਕੀ ਆ, ਸੰਸਾਰ ਜਿਹੜਾ ਉਹ ਸ਼ੈਤਾਨ ਦੇ ਅਧੀਨ ਆ, ਸੰਸਾਰ ਪਰਮੇਸ਼ਵਰ ਦੇ ਅਧੀਨ ਜਿਹੜਾ ਆ ਉਹ ਨਹੀਂ ਆ। ਠੀਕ ਆ,
ਅਗਰ ਤੁਸੀਂ ਸੰਸਾਰ ਦੇ ਨਾਲ ਸੰਬੰਧ ਰੱਖੋਗੇ ਤਾਂ ਸ਼ੈਤਾਨ ਸੰਸਾਰ ਦੀਆਂ ਚੀਜ਼ਾਂ ਦੇ ਦੁਆਰਾ ਤੁਹਾਡੀ ਜ਼ਿੰਦਗੀ 'ਚ ਕੀ ਕਰੇਗਾ? ਅਟੈਕ ਕਰੇਗਾ। ਤੁਹਾਨੂੰ ਕੀ ਕਰੇਗਾ? ਬੁਰਾਈ ਦੇ ਵਿੱਚ ਲੈ ਕੇ ਆਏਗਾ, ਤੁਹਾਨੂੰ ਪਾਪਾਂ ਦੇ ਵਿੱਚ ਲੈ ਕੇ ਆਏਗਾ। ਸਭ ਤੋਂ ਪਹਿਲਾਂ ਲਿਖੋ ਕਿ ਸੰਸਾਰ ਤਾਂ ਸ਼ੈਤਾਨ ਦੇ ਅਧੀਨ ਆ, ਉਹ ਪਰਮੇਸ਼ੁਰ ਦੇ ਅਧੀਨ ਜਿਹੜਾ ਉਹ ਨਹੀਂ ਆ। ਅਗਰ ਕਲੀਸੀਆ ਸੰਸਾਰ ਦੇ ਨਾਲ ਸੰਬੰਧ ਰੱਖੇਗੀ ਤਾਂ ਸ਼ੈਤਾਨ ਸੰਸਾਰ ਦੇ ਦੁਆਰਾ, ਸੰਸਾਰ ਦੀਆਂ ਵਸਤੂਆਂ ਦੇ ਦੁਆਰਾ ਉਹਦੀ ਜ਼ਿੰਦਗੀ 'ਚ ਕੰਮ ਕਰੇਗਾ। ਇਹ ਨੋਟ ਕਰੋ। ਸਭ ਤੋਂ ਪਹਿਲਾਂ ਆਪਾਂ ਕੁਝ ਪੁਆਇੰਟ ਦੇ ਦੁਆਰਾ ਸਿੱਖਾਂਗੇ ਕਿ ਕਿਸ ਤਰ੍ਹਾਂ ਆਪਾਂ ਸੰਸਾਰ ਦੇ ਨਾਲ ਸੰਬੰਧ ਜਿਹੜਾ ਉਹ ਨਹੀਂ ਰੱਖਣਾ। ਸਭ ਤੋਂ ਪਹਿਲਾਂ ਪੁਆਇੰਟ ਲਿਖੋ, ਸੰਸਾਰ ਪਰ ਮਨ ਨਹੀਂ ਲਗਾਉਣਾ ਚਾਹੀਏ ਔਰ ਆਪਣੇ ਆਪ ਕੋ ਕਿਆ ਜਾਣਨਾ? ਪਰਦੇਸੀ ਜਾਣਨਾ ਚਾਹੀਏ। ਇੱਕ ਪਤਰਸ, ਪਹਿਲਾ ਪਤਰਸ 2:11 ਨੂੰ ਜਦੋਂ ਆਪਾਂ ਪੜ੍ਹਾਂਗੇ ਵਚਨ ਦੇ ਵਿੱਚ, ਇਹਦੇ ਵਿੱਚ ਲਿਖਿਆ, ਹੇ ਪ੍ਰੀਓ ਮੈਂ ਤੁਮਸੇ ਵਿਨਤੀ ਕਰਤਾ ਹੂੰ ਕਿ ਤੁਮ ਆਪਣੇ ਆਪ ਕੋ ਪਰਦੇਸੀ ਔਰ ਯਾਤਰੀ ਜਾਣ ਕਰ ਉਨ ਸੰਸਾਰਿਕ ਅਭਿਲਾਸ਼ਾਓਂ ਸੇ ਜੋ ਆਤਮਾ ਸੇ ਯੁੱਧ ਕਰਤੀ ਹੈ ਬੱਚੇ ਰਹੋ। ਪਰਮੇਸ਼ਰ ਨੇ ਕੀ ਕਿਹਾ ਕਿ ਤੁਸੀਂ ਇੱਕ ਤਾਂ ਸੰਸਾਰ ਦੇ ਨਾਲ ਮਨ ਨਹੀਂ ਲਗਾਉਣਾ, ਇੱਕ ਤੁਸੀਂ ਆਪਣੇ ਆਪ ਨੂੰ ਯਾਤਰੀ ਸਮਝਣਾ, ਆਪਣੇ ਆਪ ਨੂੰ ਪਰਦੇਸੀ ਸਮਝਣਾ ਕਿ ਇਸ ਧਰਤੀ ਦੇ ਉੱਤੇ ਮੈਂ ਆਇਆ। ਪਰਮੇਸ਼ਰ ਨੇ ਇੱਕ ਬੁਲਾਹਟ ਰੱਖੀ ਹੋਈ ਆ ਮੇਰੀ ਜ਼ਿੰਦਗੀ 'ਚ, ਮੇਰੀ ਇੱਕ ਕਾਲਿੰਗ ਆ। ਪਰਮੇਸ਼ਰ ਨੇ ਤੁਹਾਨੂੰ ਇਸ ਲਈ ਇਸ ਧਰਤੀ ਦੇ ਉੱਤੇ ਭੇਜਿਆ ਆ। ਜਦੋਂ ਪਰਮੇਸ਼ਰ ਨੇ ਯਿਸੂ ਮਸੀਹ ਨੂੰ ਭੇਜਿਆ ਸੀ, ਇੱਕ ਕਾਲਿੰਗ ਦੇ ਤਹਿਤ ਭੇਜਿਆ ਸੀਗਾ ਅਤੇ ਉਹਨੇ ਪਰਮੇਸ਼ਰ ਦੀ ਮਰਜ਼ੀ ਨੂੰ ਪੂਰਾ ਕੀਤਾ। ਅੱਜ ਪਰਮੇਸ਼ਰ ਨੇ ਕਿਉਂ ਸਾਨੂੰ ਇਸ ਧਰਤੀ ਦੇ ਉੱਤੇ ਭੇਜਿਆ? ਕਦੇ ਤੁਸੀਂ ਥੋੜ੍ਹਾ ਟਾਈਮ ਮਨਨ ਕੀਤਾ ਕਿ ਮੈਂ ਕਿਉਂ ਹਾਂ ਇੱਥੇ, ਮੇਰਾ ਕੀ ਕੰਮ ਆ? ਕਿਆ ਇਹੀ ਕੰਮ ਆ ਖਾਣਾ ਪੀਣਾ ਸੌਣਾ, ਬਸ ਇਹੀ ਕੰਮ ਆ? ਕਦੇ ਮਨਨ ਕੀਤਾ ਕਿ ਪਰਮੇਸ਼ਰ ਨੇ ਤੁਹਾਨੂੰ ਚੁਣਿਆ ਕਿਉਂ ਆ? ਪਰਮੇਸ਼ਰ ਨੇ ਤੁਹਾਨੂੰ ਚੁਣਿਆ ਆ, ਪਰਮੇਸ਼ਰ ਦੀ ਇੱਕ ਬੁਲਾਹਟ ਆ ਤੁਹਾਡੀ ਜ਼ਿੰਦਗੀ ਦੇ ਵਿੱਚ। ਪਰਮੇਸ਼ਰ ਤੁਹਾਤੋਂ ਚਾਹੁੰਦਾ ਕਿ ਤੁਸੀਂ ਖੁਦਾ ਦੇ ਕੰਮਾਂ ਨੂੰ ਕਰੋ ਔਰ ਆਪਣੇ ਆਪ ਨੂੰ ਪਰਦੇਸੀ ਜਾਣਦੇ ਹੋਏ, ਆਪਣੇ ਆਪ ਨੂੰ ਯਾਤਰੀ ਜਾਣਦੇ ਹੋਏ ਕਿ ਨਹੀਂ, ਮੈਂ ਤਾਂ ਮੇਰਾ ਘਰ ਜਿਹੜਾ ਉਹ ਇਹ ਘਰ ਨਹੀਂ ਆ, ਮੇਰਾ ਘਰ ਜਿਹੜਾ ਉਹ ਸਵਰਗੀਏ ਘਰ ਆ। ਮੈਂ ਜੋ ਸਰੀਰ ਦੀਆਂ ਗੱਲਾਂ ਦੇ ਉੱਤੇ ਮਨ ਲਗਾਉਂਦੇ ਆ, ਜੋ ਸੰਸਾਰ ਦੀਆਂ ਵਸਤੂਆਂ ਆ, ਮੈਂ ਉਹਨਾਂ ਦੀ ਖੋਜ ਨਹੀਂ ਕਰਨੀ, ਪਰ ਮੈਂ ਕਿੱਥੇ ਧਨ ਇਕੱਠਾ ਕਰਨਾ ਆ? ਮੈਂ ਸਵਰਗ ਦੇ ਵਿੱਚ ਧਨ ਇਕੱਠਾ ਕਰਨਾ ਆ, ਕਿਉਂਕਿ ਮੇਰਾ ਘਰ ਜਿਹੜਾ ਉਹ ਸਵਰਗ ਦੇ ਵਿੱਚ ਆ। ਮੈਨੂੰ ਪਰਮੇਸ਼ਰ ਨੇ ਇੱਕ ਬੁਲਾਹਟ ਦੇ ਲਈ ਰੱਖਿਆ ਹੋਇਆ ਆ ਇਸ ਧਰਤੀ ਦੇ ਉੱਤੇ। ਔਰ ਉਹਨਾਂ ਸੰਸਾਰਿਕ ਅਭਿਲਾਸ਼ਾਂ ਤੋਂ ਪਰਮੇਸ਼ਰ ਦਾ ਵਚਨ ਕਹਿੰਦਾ ਆ, ਜੋ ਆਤਮਾ ਦੇ ਨਾਲ ਯੁੱਧ ਕਰਦੀਆਂ, ਪਰਮੇਸ਼ਰ ਕਹਿੰਦਾ ਉਹਨਾਂ ਤੋਂ ਬਚਣਾ ਆ ਤੁਸੀਂ। ਅੱਜ ਸੰਸਾਰ ਦੇ ਵਿੱਚ ਬਹੁਤ ਸਾਰੀਆਂ ਐਸੀਆਂ ਅਭਿਲਾਸ਼ਾਵਾਂ ਆ, ਅੱਜ ਇੰਨੀ ਟੈਕਨੋਲੋਜੀ ਜਿਹੜੀ ਉਹ ਵੱਧ ਚੁੱਕੀ ਆ ਕਿ ਇਨਸਾਨ ਨੂੰ ਚੁਟਕੀ ਵਜਾਉਂਦੇ ਹੋਏ ਉਹ ਪਾਪ ਦੇ ਵਿੱਚ ਗਿਰ ਜਾਂਦਾ ਆ। ਉਹਨੂੰ ਪਤਾ ਹੀ ਨਹੀਂ ਲੱਗਦਾ ਉਹ ਕਿਹੜੇ ਟਾਈਮ ਉਹ ਪਾਪ ਦੇ ਵਿੱਚ ਗਿਰ ਜਾਂਦਾ। ਸ਼ੈਤਾਨ ਨੇ ਇੰਨੀ ਜ਼ਬਰਦਸਤ, ਉਹਨੇ ਫੋਨ ਹੋ ਗਿਆ, ਕੁਛ ਵੀ ਹੋ ਗਿਆ, ਸਭ ਕੁਛ ਇੰਨਾ ਉਹਨੇ ਜ਼ਬਰਦਸਤ ਬਣਾ ਦਿੱਤਾ। ਹਾਂ, ਪਰਮੇਸ਼ਰ ਨੇ ਫੋਨ ਨੂੰ ਬਣਾਇਆ, ਇਨਸਾਨ ਨੇ ਜੋ ਪਰਮੇਸ਼ਰ ਨੇ ਉਹਨੂੰ ਬੁੱਧੀ ਦਿੱਤੀ, ਸਾਰੀਆਂ ਟੈਕਨੋਲੋਜੀਜ਼ ਬਣਾਈਆਂ, ਉਹ ਕਾਹਦੇ ਲਈ ਬਣਾਈਆਂ? ਬਾਈਬਲ 'ਚ ਲਿਖਿਆ, ਪਰਮੇਸ਼ਰ ਦਾ ਵਚਨ ਕਹਿੰਦਾ ਸਾਰੀਆਂ ਚੀਜ਼ਾਂ ਸਾਡੇ ਲਾਭ ਦੇ ਲਈ ਆ। ਪਰ ਇਹ ਨਹੀਂ ਆ ਕਿ ਤੁਸੀਂ ਉਸ ਲਾਭ ਦੀ ਚੀਜ਼ ਨੂੰ ਤੁਸੀਂ ਕੀ ਬਣਾ ਲਓ, ਉਹਨੂੰ ਆਪਣੇ ਪਾਪ ਕਰਨ ਦੀ ਚੀਜ਼ ਬਣਾ ਲਓ। ਇਹ ਫੋਨ ਜਿਹੜਾ ਉਹ ਵਟਸਐਪ ਤੁਹਾਡੇ ਲਈ ਇਸ ਲਈ ਆ ਕਿ ਤੁਸੀਂ ਖੁਦਾ ਦੇ ਵਚਨ ਨੂੰ ਪ੍ਰੀਚ ਕਰੋ, ਤੁਸੀਂ ਲੋਕਾਂ ਨੂੰ ਪਰਮੇਸ਼ਰ ਦਾ ਵਚਨ ਜਿਹੜਾ ਉਹ ਸ਼ੇਅਰ ਕਰੋ। ਫੇਸਬੁੱਕ ਖੁਦਾ ਦੇ ਵਚਨ ਨੂੰ ਸ਼ੇਅਰ ਕਰਨ ਦੇ ਲਈ ਆ, ਯੂਟਿਊਬ ਪਰਮੇਸ਼ਰ ਦੇ ਵਚਨ ਨੂੰ ਸੁਣਨ ਦੇ ਲਈ ਆ। ਪਰਮੇਸ਼ਰ ਨੇ ਕਿਹਾ ਇਹਨਾਂ ਸੰਸਾਰਿਕ ਅਭਿਲਾਸ਼ਾਵਾਂ ਤੋਂ ਬਚੇ ਰਹੋ,
ਜੋ ਆਤਮਾ ਦੇ ਨਾਲ ਯੁੱਧ ਕਰਦੀਆਂ। ਅੱਜ ਤੋਂ ਬਾਅਦ ਕੀ ਸਮਝਣਾ ਆਪਣੇ ਆਪ ਨੂੰ ਕਿ ਮੈਂ ਇੱਕ ਯਾਤਰੀ ਹਾਂ, ਮੈਂ ਇੱਕ ਪਰਦੇਸੀ ਹਾਂ। ਪਰਮੇਸ਼ਰ ਨੇ ਮੈਨੂੰ ਚੁਣਿਆ ਹੋਇਆ ਇੱਕ ਕੰਮ ਨੂੰ ਕਰਨ ਦੇ ਲਈ। ਪਰਮੇਸ਼ਰ ਦੀ ਬੁਲਾਹਟ ਹੈ ਮੇਰੀ ਜ਼ਿੰਦਗੀ ਦੇ ਵਿੱਚ, ਔਰ ਮੈਂ ਸੰਸਾਰਿਕ ਅਭਿਲਾਸ਼ਾਵਾਂ ਤੋਂ ਬਚਣਾ ਆ ਔਰ ਆਤਮਾ ਦੇ ਅਨੁਸਾਰ ਚੱਲਣਾ ਔਰ ਉਹਨਾਂ ਚੀਜ਼ਾਂ ਦੇ ਉੱਤੇ ਮਨ ਲਗਾਉਣਾ ਜਿਹੜਾ ਆਤਮਿਕ ਕੰਮ ਆ। ਕਿਉਂਕਿ ਬਾਈਬਲ 'ਚ ਲਿਖਿਆ, ਪਰਮੇਸ਼ਰ ਨੇ ਕਿਹਾ ਜੋ ਆਤਮਾ ਦੇ ਉੱਤੇ ਮਨ ਲਗਾਉਂਦਾ ਆ ਉਹੀ ਮੈਨੂੰ ਪ੍ਰਸੰਨ ਕਰ ਸਕਦਾ, ਉਹੀ ਮੇਰੀ ਸੰਤਾਨ ਆ। ਅਗਰ ਸਰੀਰ ਦੇ ਉੱਤੇ ਮਨ ਲਗਾਓਗੇ ਤਾਂ ਬਾਈਬਲ 'ਚ ਲਿਖਿਆ ਆ ਤਾਂ ਮੌਤ, ਦੁੱਖ, ਬਿਮਾਰੀ, ਸੰਕਟ ਇੱਕ ਵਿਅਕਤੀ ਦੀ ਜ਼ਿੰਦਗੀ 'ਚ ਆਉਣਗੇ। ਫਸਟ ਪੁਆਇੰਟ ਕੀ ਆ ਕਿ ਤੁਸੀਂ ਆਪਣੇ ਆਪ ਨੂੰ ਪਰਦੇਸੀ ਔਰ ਯਾਤਰੀ ਜਾਣਦੇ ਹੋਏ ਸੰਸਾਰਿਕ ਅਭਿਲਾਸ਼ੋ ਸੇ ਜੋ ਆਤਮਾ ਸੇ ਯੁੱਧ ਕਰਤੀ ਹੈ ਉਨਸੇ ਬਚਣਾ ਹੈ। ਪਹਿਲਾ ਪੁਆਇੰਟ ਇਹ ਆ। ਪਰਮੇਸ਼ਰ ਕੀ ਕਹਿੰਦਾ ਕਿ ਕਿਸ ਤਰ੍ਹਾਂ ਸੰਬੰਧ ਨਹੀਂ ਰੱਖਣਾ, ਇਸ ਤਰ੍ਹਾਂ ਸੰਬੰਧ ਨਹੀਂ ਰੱਖਣਾ। ਸਮਝ ਗਏ ਸਭ ਜਣ? ਉਠਾਓ ਕਿ ਹਾਂ ਅਸੀਂ ਸਮਝ ਚੁੱਕੇ ਹਾਂ। ਥੈਂਕ ਯੂ ਜੀਸਸ। ਸੈਕਿੰਡ ਪੁਆਇੰਟ ਲਿਖੋ ਕਿ ਸੰਸਾਰ ਸੇ ਪ੍ਰੇਮ ਨਹੀਂ ਰੱਖਣਾ। ਆਪਾਂ ਵਚਨ 'ਚ ਸਿੱਖਾਂਗੇ 1 ਯੋਹੰਨਾ 2:15 ਦੇ ਵਿੱਚ ਆਪਾਂ ਦੇਖਾਂਗੇ। ਪਰਮੇਸ਼ੁਰ ਦੇ ਵਚਨ 'ਚ ਲਿਖਿਆ, ਤੁਮ ਨਾ ਤੋ ਸੰਸਾਰ ਸੇ ਨਾ ਸੰਸਾਰ ਕੀ ਵਸਤੂ ਸੇ ਪ੍ਰੇਮ ਰੱਖੋ। ਜਦੀ ਕੋਈ ਸੰਸਾਰ ਸੇ ਪ੍ਰੇਮ ਰੱਖਤਾ ਹੈ ਤੋ ਉਸਮੇ ਪਿਤਾ ਕਾ ਪ੍ਰੇਮ ਨਹੀਂ ਹੈ। ਜੋ ਔਲਰੇਡੀ ਮੈਂ ਦੱਸ ਚੁੱਕੀ ਹਾਂ ਤੁਹਾਨੂੰ, ਪਰਮੇਸ਼ੁਰ ਨੇ ਕਿਹਾ ਸੰਸਾਰ ਦੇ ਨਾਲ ਪ੍ਰੇਮ ਤੁਹਾਡਾ ਨਹੀਂ ਹੋਣਾ ਚਾਹੀਦਾ। ਤੁਸੀਂ ਸੰਸਾਰ ਦੀਆਂ ਵਸਤੂਆਂ ਨੂੰ ਪ੍ਰੀਏ ਨਹੀਂ ਜਾਣਦੇ ਹੋਣੇ ਚਾਹੀਦੇ। ਤੁਸੀਂ ਇਸ ਤਰ੍ਹਾਂ ਨਹੀਂ ਹੋਣੇ ਚਾਹੀਦੇ ਕਿ ਸੰਡੇ ਇੱਕ ਵਿਆਹ ਆ, ਕੋਈ ਗੱਲ ਨਹੀਂ, ਅੱਜ ਸੰਡੇ ਪਰਮੇਸ਼ੁਰ ਦੇ ਭਵਨ ਦੇ ਵਿੱਚ ਜਾਣਾ ਮਿਸ ਕਰ ਦਿੰਦੇ ਹਾਂ, ਪਰ ਸੰਸਾਰ ਦੇ ਨਾਲ ਤਾਂ ਅਸੀਂ ਪ੍ਰੇਮ ਰੱਖਣਾ ਹੀ ਆ। ਬਈ ਇੱਦਾਂ ਤਾਂ ਹੈਗਾ, ਭੈਣ ਭਰਾਵਾਂ ਨੂੰ ਖੁਸ਼ ਤਾਂ ਕਰਨਾ ਹੀ ਆ, ਪਰਮੇਸ਼ੁਰ ਚਾਹੇ ਨਾਰਾਜ਼ ਹੋ ਜਾਵੇ। ਸੰਡੇ ਅਸੀਂ ਨਹੀਂ, ਵਿਆਹ ਆ ਗਿਆ ਜਾਣਾ ਤਾਂ ਜ਼ਰੂਰ ਆ, ਕੋਈ ਗੱਲ ਨਹੀਂ, ਇੱਕ ਸੰਡੇ ਮਿਸ ਕਰ ਦਿੰਦੇ, ਅਗਲੇ ਸੰਡੇ ਪਾਮ ਸੰਡੇ ਆਉਣਾ, ਈਸਟਰ ਆਉਣਾ, ਗੁੱਡ ਫਰਾਈਡੇ ਆਉਣਾ, ਉਦੋਂ ਜਾਣਾ ਹੀ ਆ, ਲਗਾਤਾਰ ਮੀਟਿੰਗਸ ਅਟੈਂਡ ਕਰਨੀਆਂ ਆ। ਇਸ ਤਰ੍ਹਾਂ ਪਰਮੇਸ਼ੁਰ ਨੇ ਕਿਹਾ ਨਹੀਂ ਹੋਣੇ ਚਾਹੀਦੇ, ਤੁਸੀਂ ਸੰਸਾਰ ਨੂੰ ਪ੍ਰੀਏ ਤੁਸੀਂ ਨਹੀਂ ਜਾਣਦੇ ਹੋਣੇ ਚਾਹੀਦੇ। ਪੌਲਸ ਕਹਿੰਦਾ ਅਗਰ ਮੈਂ ਮਨੁੱਖਾਂ ਨੂੰ ਹੀ ਪ੍ਰਸੰਨ ਕਰਦਾ ਰਹਿੰਦਾ ਤਾਂ ਮੈਂ ਅੱਜ ਪਰਮੇਸ਼ੁਰ ਦਾ ਦਾਸ ਨਾ ਹੁੰਦਾ, ਅੱਜ ਮੇਰੇ ਦੁਆਰਾ ਇੰਨੀਆਂ ਕਲੀਸੀਆਂ ਸਥਾਪਿਤ ਨਾ ਹੁੰਦੀਆਂ, ਅੱਜ ਮੈਂ ਇੰਨੇ ਵੱਡੇ ਵੱਡੇ ਕੰਮ ਨਾ ਕਰਦਾ ਹੁੰਦਾ, ਅਗਰ ਮੈਂ ਸਿਰਫ ਮਨੁੱਖਾਂ ਨੂੰ ਹੀ ਪ੍ਰਸੰਨ ਕਰਦਾ ਰਹਿੰਦਾ। ਅਗਰ ਖੁਦਾ ਦੇ ਕੰਮਾਂ ਨੂੰ ਕਰਨਾ ਚਾਹੁੰਦੇ ਹੋ, ਖੁਦਾ ਨੂੰ ਪ੍ਰਸੰਨ ਕਰਨਾ ਚਾਹੁੰਦੇ ਹੋ ਤਾਂ ਮਨੁੱਖਾਂ ਨੂੰ ਪ੍ਰਸੰਨ ਕਰਨਾ ਸੈਕਿੰਡ ਨੰਬਰ 'ਤੇ ਰੱਖੋ ਔਰ ਪਹਿਲੇ ਨੰਬਰ 'ਤੇ ਪਰਮੇਸ਼ੁਰ ਨੂੰ ਪ੍ਰਸੰਨ ਕਰਨਾ ਰੱਖੋ। ਕੀ ਲਿਖਿਆ ਪਰਮੇਸ਼ੁਰ ਦੇ ਵਚਨ 'ਚ? ਜਦੀ ਕੋਈ ਸੰਸਾਰ ਸੇ ਪ੍ਰੇਮ ਰੱਖਤਾ ਹੈ ਤੋ ਉਸਮੇ ਪਿਤਾ ਕਾ ਪ੍ਰੇਮ ਨਹੀਂ, ਕਿਉਂਕਿ ਜੋ ਕੁਛ ਸੰਸਾਰ ਮੇਂ ਹੈ ਅਰਥਾਤ ਸਰੀਰ ਕੀ ਅਭਿਲਾਸ਼ਾ, ਆਂਖੋਂ ਕੀ ਅਭਿਲਾਸ਼ਾ, ਜੀਵਿਕਾ ਕਾ ਘਮੰਡ, ਵਹਿ ਪਿਤਾ ਕੀ ਔਰ ਸੇ ਨਹੀਂ ਪਰੰਤੂ ਸੰਸਾਰ ਹੀ ਕੀ ਔਰ ਸੇ ਹੈ। ਸੰਸਾਰ ਔਰ ਉਸਕੀ ਅਭਿਲਾਸ਼ਾਏ ਦੋਨੋਂ ਮਿਟਤੇ ਜਾਤੇ ਹੈ, ਪਰ ਜੋ ਪਰਮੇਸ਼ੁਰ ਕੀ ਇੱਛਾ ਪਰ ਚਲਤਾ ਹੈ ਵਹਿ ਸਰਵਦਾ ਬਣਾ ਰਹੇਗਾ। ਬਾਈਬਲ 'ਚ ਲਿਖਿਆ ਸਰੀਰ ਦਾ ਦੀਆ ਜਿਹੜਾ ਉਹ ਕੀ ਆ? ਉਹ ਅੱਖ ਆ, ਬਾਈਬਲ 'ਚ ਲਿਖਿਆ। ਔਰ ਇਹਦੇ ਵਿੱਚ ਕੀ ਲਿਖਿਆ ਪਰਮੇਸ਼ੁਰ ਦੇ ਵਚਨ 'ਚ? ਸਰੀਰ ਕੀ ਅਭਿਲਾਸ਼ਾ ਸੰਸਾਰ ਦੇ ਵਿੱਚ ਕੀ ਆ? ਸਰੀਰ ਕੀ ਅਭਿਲਾਸ਼ਾ, ਜੀਵਿਕਾ ਕਾ ਘਮੰਡ, ਆਂਖੋਂ ਕੀ ਅਭਿਲਾਸ਼ਾ। ਅੱਜ ਆਪਾਂ ਦੇਖਦੇ ਹਾਂ ਬਾਈਬਲ 'ਚ ਲਿਖਿਆ ਅਗਰ ਤੇਰੀ ਸਰੀਰ ਜਿਹੜੀ ਉਹ ਪਵਿੱਤਰ ਆ, ਨਿਰਮਲ ਆ, ਤਾਂ ਤੇਰਾ ਸਾਰਾ ਸਰੀਰ ਜਿਹੜਾ ਉਹ ਉਜਾਲੇ ਦੇ ਵਿੱਚ ਆ, ਪਰ ਅਗਰ ਅੱਖ ਤੇਰੀ ਅਪਵਿੱਤਰਤਾਈ ਦੇ ਵਿੱਚ ਆ, ਇਹ ਅੱਖ ਜਿਹੜੀ ਆ ਉਹ ਪਾਪ ਨੂੰ ਦੇਖਦੀ ਆ, ਤਾਂ ਤੇਰਾ ਸਾਰਾ ਸਰੀਰ ਜਿਹੜਾ ਉਹ ਅੰਧੇਰੇ ਦੇ ਵਿੱਚ ਆ। ਇਹਨਾਂ ਅਭਿਲਾਸ਼ਾਵਾਂ ਤੋਂ ਬਚਣਾ ਆ, ਆਪਣੀ ਅੱਖਾਂ ਦੀ ਅਭਿਲਾਸ਼ਾ ਤੋਂ ਬਚਣਾ ਆ।
ਕਿਸ ਤਰ੍ਹਾਂ ਸ਼ੈਤਾਨ ਆਪਾਂ ਦੇਖਦੇ ਹਾਂ ਅੱਜ ਥੋੜ੍ਹੀ ਜਿਹੀ ਚੀਜ਼ ਨੂੰ ਲਿਆਉਂਦਾ, ਅੱਜ ਲੜਕਿਆਂ ਦੇ ਅੱਗੇ ਲੜਕੀਆਂ ਨੂੰ ਰੱਖ ਦਿੰਦਾ, ਸੋਹਣੀਆਂ ਸੋਹਣੀਆਂ ਲੜਕੀਆਂ ਰੱਖ ਦਿੰਦਾ, ਔਰ ਉਹ ਉਸ ਸੋਹਣੀ ਚੀਜ਼ ਨੂੰ ਦੇਖ ਕੇ ਜਿਹੜਾ ਉਹ ਝੱਟ ਉਸ ਲੜਕੀ ਦੇ ਵੱਲ ਮੋਹਿਤ ਹੋ ਜਾਂਦੇ ਆ। ਉਹਨਾਂ ਨੂੰ ਇਹ ਨਹੀਂ ਪਤਾ ਕਿ ਇਹ ਜਿਹੜਾ ਆ ਇਹ ਛੋਟਾ ਜਿਹਾ ਪਾਪ ਜਿਹੜਾ ਮੇਰੀ ਪੂਰੀ ਲਾਈਫ ਨੂੰ ਦੂਸ਼ਿਤ ਕਰ ਰਿਹਾ ਆ। ਮੇਰੇ ਅੰਦਰ ਪਰਮੇਸ਼ੁਰ ਦਾ ਪ੍ਰੇਮ ਹੋਣਾ ਚਾਹੀਦਾ, ਮੈਂ ਇਸ ਤਰ੍ਹਾਂ ਇਹਨਾਂ ਚੀਜ਼ਾਂ ਨੂੰ ਇਗਨੋਰ ਕਰਨਾ ਆ, ਮੈਂ ਆਪਣੀਆਂ ਅੱਖਾਂ ਨੂੰ ਇਸ ਤਰ੍ਹਾਂ ਰੱਖਣਾ ਆ ਕਿ ਇਹ ਅੱਖ ਹੈ ਹੀ ਨਹੀਂ, ਇਹ ਅੱਖ ਸਿਰਫ ਪਰਮੇਸ਼ੁਰ ਦੇ ਕੰਮਾਂ ਨੂੰ ਦੇਖਣ ਦੇ ਲਈ ਆ। ਅੱਜ ਆਪਾਂ ਦੇਖਦੇ ਹਾਂ ਅੱਜ ਹਸਬੈਂਡ ਆ ਉਹਨਾਂ ਨੂੰ ਬਾਹਰ ਬਹੁਤ ਸਾਰੀਆਂ ਆਪਣੀ ਵਾਈਫ ਤੋਂ ਇਲਾਵਾ ਉਹਨਾਂ ਨੂੰ ਬਾਕੀ ਲੜਕੀਆਂ ਬਹੁਤ ਅੱਛੀਆਂ ਲੱਗਦੀਆਂ, ਆਪਣੀ ਵਾਈਫ ਨੂੰ ਉਹ ਕੁਛ ਵੀ ਨਹੀਂ ਸਮਝਦੇ। ਅੱਜ ਵਾਈਫ ਆ ਉਹ ਆਪਣੇ ਹਸਬੈਂਡ ਨੂੰ ਤਾਂ ਕੁਛ ਵੀ ਨਹੀਂ ਸਮਝਦੀਆਂ, ਬਟ ਆਪਣੇ ਬਾਹਰ ਜਾ ਕੇ ਬਹੁਤ ਕੁਛ ਅੱਛੀਆਂ ਬਣਦੀਆਂ, ਬਹੁਤ ਆਪਣੇ ਆਪ ਨੂੰ ਸੁੰਦਰ ਦਿਖਾਉਂਦੀਆਂ, ਆਪਣੇ ਪਤੀ ਨੂੰ ਛੱਡ ਕੇ ਕਿਸੇ ਹੋਰ ਲੜਕੇ ਨੂੰ ਦੇਖਦੀਆਂ, ਅੱਖਾਂ ਦੀਆਂ ਅਭਿਲਾਸ਼ਾਵਾਂ ਦੇ ਵਿੱਚ ਫਸਦੀਆਂ ਆ, ਅਤੇ ਪਰਮੇਸ਼ੁਰ ਫਿਰ ਉਹਨਾਂ ਦੀਆਂ ਜ਼ਿੰਦਗੀਆਂ 'ਚ ਦੰਡ ਦਿੰਦਾ ਆ। ਅੱਖਾਂ ਦੀਆਂ ਅਭਿਲਾਸ਼ਾਵਾਂ ਤੋਂ ਬਚਣਾ ਆ। ਅੱਜ ਫੇਸਬੁੱਕ ਦੇ ਉੱਤੇ, ਅੱਜ ਸੋਸ਼ਲ ਮੀਡੀਆ ਦੇ ਉੱਤੇ ਕਿੰਨਾ ਪਾਪ ਜਿਹੜਾ ਉਹ ਵੱਧ ਚੁੱਕਾ ਆ, ਇਨਸਾਨ ਨੂੰ ਪਤਾ ਹੀ ਨਹੀਂ ਲੱਗਦਾ ਕਦੋਂ ਕੋਈ ਗੰਦੀ ਮੂਵੀ ਉਹਦੇ ਅੱਗੇ ਆ ਗਈ, ਕਦੋਂ ਕੋਈ ਗੰਦੀ ਪਿਕਚਰ ਉਹਦੇ ਅੱਗੇ ਆ ਗਈ ਜਿਹੜੀ ਉਹਨੂੰ ਪੂਰੀ ਤਰ੍ਹਾਂ ਦੂਸ਼ਿਤ ਕਰ ਦਿੰਦੀ ਆ, ਔਰ ਉਹ ਇਨਸਾਨ ਬਚ ਨਹੀਂ ਪਾਉਂਦਾ। ਜਦੋਂ ਤੁਹਾਡੇ ਅੱਗੇ ਇਸ ਤਰ੍ਹਾਂ ਦਾ ਕੋਈ ਪਾਪ ਆਵੇ, ਔਰ ਉਦੋਂ ਅਗਰ ਤੁਸੀਂ ਜਿਸ ਤਰ੍ਹਾਂ ਪਰਮੇਸ਼ੁਰ ਦੇ ਦਾਸ ਹਮੇਸ਼ਾ ਦੱਸਦੇ ਆ ਕਿ ਅਗਰ ਤਾਂ ਉਹ ਪਾਪ ਉਹ ਪਿਕਚਰ ਉਹ ਮੂਵੀ ਤੁਹਾਡੇ ਅੱਗੇ ਅਚਾਨਕ ਆ ਗਈ, ਅਗਰ ਤਾਂ ਤੁਸੀਂ ਉੱਥੇ ਖੜ ਗਏ ਔਰ ਦੁਬਾਰਾ ਦੇਖ ਲਿਆ ਤਾਂ ਤੁਸੀਂ ਦੂਸ਼ਿਤ ਹੋ ਗਏ, ਤੁਸੀਂ ਅਪਵਿੱਤਰ ਹੋ ਗਏ। ਪਰ ਅਗਰ ਤੁਸੀਂ ਉਸ ਪਿਕਚਰ ਨੂੰ ਕਿਹਾ ਨਹੀਂ ਮੇਰਾ ਪਰਮੇਸ਼ੁਰ ਇਸ ਤੋਂ ਪ੍ਰਸੰਨ ਨਹੀਂ ਹੋਏਗਾ, ਮੈਂ ਇਹਨੂੰ ਨਹੀਂ ਦੇਖਾਂਗਾ, ਔਰ ਤੁਸੀਂ ਪਾਪ ਤੋਂ ਨਾ ਕਰੋਗੇ ਤਾਂ ਪਵਿੱਤਰ ਆਤਮਾ ਤੁਹਾਡੇ ਉੱਤੇ ਛਾਇਆ ਸਥਾਨ ਕਰੇਗਾ, ਤੁਹਾਡੇ ਤੁਹਾਨੂੰ ਕਵਰ ਕਰੇਗਾ ਪਵਿੱਤਰ ਆਤਮਾ, ਔਰ ਪਵਿੱਤਰ ਆਤਮਾ ਪ੍ਰਸੰਨ ਹੋਵੇਗਾ ਕਿ ਮੇਰੇ ਬੱਚੇ ਨੇ ਮੇਰੀ ਆਗਿਆ ਨੂੰ ਮੰਨਿਆ ਆ, ਜੋ ਮੈਂ ਇਹਨੂੰ ਵਚਨ ਦਿੰਦਾ ਉਸ ਆਗਿਆ ਨੂੰ ਮੰਨਿਆ, ਅਤੇ ਪਰਮੇਸ਼ੁਰ ਦਾ ਆਤਮਾ ਤੁਹਾਡੇ ਤੋਂ ਪ੍ਰਸੰਨ ਹੋਵੇਗਾ, ਫਿਰ ਤੁਹਾਨੂੰ ਪਰਮੇਸ਼ੁਰ ਦਾ ਆਤਮਾ ਜਿਹੜਾ ਉਹ ਬਲੈਸ ਕਰੇਗਾ। ਅੱਜ ਅੱਖਾਂ ਦੀਆਂ ਅਭਿਲਾਸ਼ਾਵਾਂ ਤੋਂ ਬਚਣਾ ਆ, ਅੱਜ ਉਸ ਸਰੀਰ ਦੀਆਂ ਅਭਿਲਾਸ਼ਾਵਾਂ ਤੋਂ ਬਚਣਾ ਆ, ਅੱਜ ਉਸ ਜੀਵਿਕਾ ਦੇ ਘਮੰਡ ਤੋਂ ਬਚਣਾ ਆ, ਅੱਜ ਉਸ ਰਿਸ਼ਵਤ ਤੋਂ ਉਸ ਚੋਰੀ ਤੋਂ ਬਚਣਾ ਆ। ਅਗਰ ਦੇਖਦੇ ਹਾਂ ਅਸੀਂ ਵੀ, ਮੈਂ ਵੀ ਇਸੇ ਸੰਸਾਰ ਦੇ ਵਿੱਚੋਂ ਰਹਿ ਕੇ ਆਈ ਹਾਂ, ਪਰ ਖੁਦਾ ਦਾ ਥੈਂਕਸ ਕਰਦੀ ਹਾਂ ਖੁਦਾ ਨੇ ਇਸ ਸੰਸਾਰ ਦੇ ਵਿੱਚ ਰਹਿੰਦੇ ਹੋਏ ਆਪਣੇ ਵਚਨ ਦੇ ਦੁਆਰਾ, ਆਪਣੇ ਦਾਸ ਦੇ ਦੁਆਰਾ ਮੈਨੂੰ ਪ੍ਰੋਟੈਕਟ ਰੱਖਿਆ। ਔਰ ਹਮੇਸ਼ਾ ਆਪਾਂ ਕੀ ਦੇਖਦੇ ਹਾਂ ਕਿ ਜੀਵਿਕਾ ਦਾ ਘਮੰਡ, ਅੱਜ ਲੋਕ ਜਿਹੜੇ ਆ ਜੋਬ ਕਰਦੇ ਆ ਉਸ ਜੋਬ ਦੇ ਵਿੱਚ ਕਿੰਨਾ ਗਲਤ, ਕਿੰਨਾ ਝੂਠ, ਕਿੰਨਾ ਚੋਰੀ ਦੇ ਵਿੱਚ ਠੱਗੀ ਚੋਰੀ ਮਾਰਦੇ ਆ, ਔਰ ਉਹ ਆਪਣੇ ਆਪ ਨੂੰ ਅਮੀਰ ਹੋਣਾ ਚਾਹੁੰਦੇ ਆ, ਪਰ ਉਹਨਾਂ ਨੂੰ ਇਹ ਨਹੀਂ ਪਤਾ ਕਿ ਇਹ ਪਰਮੇਸ਼ੁਰ ਨੂੰ ਅਪ੍ਰਸੰਨ ਕਰ ਰਿਹਾ ਆ। ਅੱਜ ਲੋਕਾਂ ਨੂੰ ਪ੍ਰਸੰਨ ਕਰ ਰਹੇ ਹੋ, ਪਰਮੇਸ਼ੁਰ ਨੂੰ ਅਪ੍ਰਸੰਨ ਕਰ ਰਹੇ ਹੋ। ਮੀਨ ਸੰਸਾਰ ਦੇ ਵਿੱਚ ਕਿੰਨਾ ਕੁਛ ਆ ਰਿਹਾ, ਕਿੰਨੀਆਂ ਅਭਿਲਾਸ਼ਾਵਾਂ ਆ। ਅੱਜ ਸੰਸਾਰ ਦੇ ਵਿੱਚ ਆਪਾਂ ਦੇਖਦੇ ਹਾਂ ਕਿਸੇ ਦਾ ਮਜ਼ਾਕ ਬਣਾ ਰਹੇ ਆ, ਲੋਕ ਕੁਛ ਨਹੀਂ ਸਮਝ ਰਹੇ, ਹਮੇਸ਼ਾ ਉਹਨਾਂ ਗਲਤ ਗੱਲਾਂ ਦੇ ਉੱਤੇ ਛਠੱਠੇ ਮਖੌਲ ਜੋ ਹੁੰਦੇ ਆ ਉਹਨਾਂ ਦੇ ਉੱਤੇ, ਉਹਨਾਂ ਅਭਿਲਾਸ਼ਾਵਾਂ ਤੋਂ ਬਚਣਾ ਆ, ਉਹਨਾਂ ਦੇ ਵਿੱਚ ਇਨਵੋਲਵ ਨਹੀਂ ਹੋ ਜਾਣਾ, ਉਹਨਾਂ ਦਾ ਸਾਥ ਨਹੀਂ ਦੇਣਾ। ਜਿੱਥੇ ਤੁਹਾਨੂੰ ਪਤਾ ਲੱਗ ਗਿਆ ਕਿ ਨਹੀਂ ਇਹ ਪਾਪ ਆ, ਉਸ ਪਾਪ ਤੋਂ ਬਚਣਾ ਆ, ਉਸ ਸੰਸਾਰ ਦੀਆਂ ਅਭਿਲਾਸ਼ਾਵਾਂ ਤੋਂ ਬਚਣਾ ਆ। ਪਰਮੇਸ਼ੁਰ ਅੱਜ ਇਸ ਤਰ੍ਹਾਂ ਚਾਹੁੰਦਾ ਆ ਕਿ ਤੁਹਾਡਾ ਇਸ ਤਰ੍ਹਾਂ ਦਾ ਸੰਬੰਧ ਜਿਹੜਾ ਉਹ ਸੰਸਾਰ ਦੇ ਨਾਲ ਜਿਹੜਾ ਆ ਉਹ ਨਹੀਂ ਹੋਣਾ ਚਾਹੀਦਾ, ਤੁਸੀਂ ਇਸ ਤਰ੍ਹਾਂ ਦੇ ਨਹੀਂ ਹੋਣੇ ਚਾਹੀਦੇ। ਜਦੋਂ ਆਪਾਂ ਥਰਡ ਪੁਆਇੰਟ ਨੂੰ ਪੜ੍ਹਾਂਗੇ, ਪਰਮੇਸ਼ੁਰ ਚਾਹੁੰਦਾ ਆ ਕਿ ਤੁਸੀਂ ਸੰਸਾਰ ਕੇ ਸਦ੍ਰਿਸ਼, ਸੰਸਾਰ ਵਰਗੇ ਨਹੀਂ ਬਣਨਾ। ਜਦੋਂ ਆਪਾਂ ਵਚਨ ਦੇ ਵਿੱਚ ਪੜ੍ਹਾਂਗੇ, ਰੋਮੀਓ 12:2 ਦੇ ਵਿੱਚ ਲਿਖਿਆ ਹੋਇਆ ਆ, ਇਸ ਸੰਸਾਰ ਕੇ ਸਦ੍ਰਿਸ਼ ਨਾ ਬਣੋ, ਪਰੰਤੂ ਤੁਹਾਰੀ ਬੁੱਧੀ ਕੇ ਨਏ ਹੋ ਜਾਣੇ ਸੇ ਤੁਹਾਰਾ ਚਾਲ ਚਲਨ ਵੀ ਬਦਲਤਾ ਜਾਏ, ਜਿਸਸੇ ਤੁਮ ਪਰਮੇਸ਼ੁਰ ਕੀ ਭਲੀ ਬਾਪਤੀ ਔਰ ਸਿੱਧ ਇੱਛਾ ਕੋ ਅਨੁਭਵ ਕੇ ਸਾਥ ਮਾਲੂਮ ਕਰਤੇ ਰਹੋ। ਬਾਈਬਲ 'ਚ ਲਿਖਿਆ, ਪਰਮੇਸ਼ੁਰ ਦੇ ਵਚਨ 'ਚ ਕੀ ਲਿਖਿਆ,
ਆਪਣੇ ਸਰੀਰ ਕੋ ਜੀਵਿਤ ਪਵਿੱਤਰ ਔਰ ਪਰਮੇਸ਼ਵਰ ਕੋ ਭਾਵਤਾ ਹੁਆ ਕਰਕੇ ਬਲੀਦਾਨ ਚੜਾਓ, ਯਹੀ ਤੁਹਾਰੀ ਆਤਮਿਕ ਸੇਵਾ ਹੈ। ਔਰ ਇਸ ਸੰਸਾਰ ਕੇ ਸਦ੍ਰਿਸ਼ ਨਾ ਬਨੋ, ਪਰੰਤੂ ਤੁਹਾਰੇ ਮਨ ਕੇ ਨਹੀਂ ਹੋ ਜਾਣੇ ਸੇ ਤੁਹਾਰਾ ਚਾਲ ਚਲਨ ਵੀ ਬਦਲਤਾ ਜਾਏ, ਤਾਂ ਕਿ ਤੁਮ ਪਰਮੇਸ਼ਵਰ ਕੀ ਭਲੀ ਬਾਬਤੀ ਸਿੱਧ ਇੱਛਾ ਕੋ ਅਨੁਭਵ ਕੇ ਸਾਥ ਮਾਲੂਮ ਕਰਤੇ ਜਾਓ। ਮੀਨਸ ਪਰਮੇਸ਼ਰ ਨੇ ਸਭ ਤੋਂ ਪਹਿਲਾਂ ਤੁਹਾਡੀ ਆਤਮਿਕ ਕਾਲਿੰਗ ਕੀ ਰੱਖੀ ਆ, ਤੁਹਾਡੀ ਫਸਟ ਕਾਲਿੰਗ ਕੀ ਆ। ਅੱਜ ਤੁਸੀਂ ਪੁੱਛਦੇ ਆ ਪਰਮੇਸ਼ਰ ਮੇਰੀ ਕੀ ਬੁਲਾਹਟ ਆ, ਸਭ ਤੋਂ ਪਹਿਲੀ ਬੁਲਾਹਟ ਇਹ ਆ ਕਿ ਆਪਣੇ ਸਰੀਰ ਨੂੰ ਜੀਵਿਤ, ਪਰਮੇਸ਼ਰ ਨੂੰ ਜੀਵਿਤ, ਪਰਮੇਸ਼ਰ ਨੂੰ ਭਾਵਦਾ ਹੋਇਆ ਪਵਿੱਤਰਤਾਈ ਦੇ ਵਿੱਚ ਰਹਿੰਦੇ ਹੋਏ ਬਲੀਦਾਨ ਚੜਾਉਣਾ। ਔਰ ਪਰਮੇਸ਼ਰ ਨੇ ਕਿਹਾ ਤੁਹਾਡੇ ਮਨ ਦੇ ਨਵੇਂ ਹੋ ਜਾਣ ਦੇ ਨਾਲ ਤੁਹਾਡਾ ਚਾਲ ਚਲਣ ਵੀ ਨਵਾਂ ਹੁੰਦਾ ਜਾਏ। ਮੀਨ ਜਦੋਂ ਤੁਹਾਡਾ ਮਨ ਨਵਾਂ ਹੋ ਗਿਆ, ਤੁਸੀਂ ਯਿਸੂ ਮਸੀਹ ਨੂੰ ਆਪਣਾ ਉਧਾਰਕਰਤਾ ਗ੍ਰਹਿਣ ਕਰ ਲਿਆ, ਤੁਸੀਂ ਆਪਣੇ ਪਾਪਾਂ ਤੋਂ ਮਾਫ਼ੀ ਮੰਗ ਲਈ ਆ, ਅਤੇ ਪਰਮੇਸ਼ਰ ਨੇ ਕਿਹਾ ਤੁਹਾਡਾ ਚਾਲ ਚਲਣ ਵੀ ਤੁਹਾਡਾ ਨਵਾਂ ਹੁੰਦਾ ਜਾਵੇ, ਤੁਸੀਂ ਤੁਹਾਡਾ ਚਾਲ ਚਲਣ ਵੀ ਬਦਲਦਾ ਜਾਏ, ਤਾਂ ਕਿ ਤੁਸੀਂ ਪਰਮੇਸ਼ਰ ਦੀ ਭਲੀ ਸਿੱਧ ਇੱਛਾ ਨੂੰ ਅਨੁਭਵ ਦੇ ਨਾਲ ਮਾਲੂਮ ਕਰਦੇ ਜਾਓ। ਪਰਮੇਸ਼ਰ ਨੇ ਥਰਡ ਪਰਮੇਸ਼ਰ ਇਹ ਚਾਹੁੰਦਾ ਕਿ ਤੁਸੀਂ ਸੰਸਾਰ ਦੇ ਸਦ੍ਰਿਸ਼ ਨਹੀਂ ਬਣਨਾ। ਜਿਸ ਤਰ੍ਹਾਂ ਸੰਸਾਰ ਕਰਦਾ ਆ ਤੁਸੀਂ ਉਸ ਤਰ੍ਹਾਂ ਨਹੀਂ ਚੱਲ ਸਕਦੇ। ਜਿਸ ਤਰ੍ਹਾਂ ਸੰਸਾਰ ਡੀਜੇ ਪਾਰਟੀਆਂ ਦੇ ਵਿੱਚ ਨੱਚਦਾ ਆ, ਵਿਆਹ ਦੇ ਵਿੱਚ ਡੀਜੇ ਲਗਾ ਕੇ ਹੋਰ ਸੌਂਗ ਲਗਾ ਕੇ ਨੱਚਦਾ ਆ, ਪਰਮੇਸ਼ਰ ਨੇ ਕਿਹਾ ਤੂੰ ਇਹਨਾਂ ਚੀਜ਼ਾਂ ਦੇ ਵਿੱਚ ਇਨਵੋਲਵ ਨਹੀਂ ਹੋਣਾ ਚਾਹੀਦਾ, ਤੇਰੀ ਹਾਂ ਇਹਨਾਂ ਚੀਜ਼ਾਂ ਦੇ ਵਿੱਚ ਨਹੀਂ ਹੋਣੀ ਚਾਹੀਦੀ, ਤੈਨੂੰ ਇਹ ਨਹੀਂ ਹੋਣਾ ਚਾਹੀਦਾ ਕਿ ਕੋਈ ਗੱਲ ਨਹੀਂ, ਅਗਰ 2 ਮਿੰਟ ਨੱਚ ਲਊਂਗਾ ਤਾਂ ਫਿਰ ਕੁਛ ਨਹੀਂ ਹੋ ਜਾਊਂਗਾ, ਉਹ 2 ਮਿੰਟ ਨੱਚਿਆ ਤੁਹਾਨੂੰ ਨਹੀਂ ਪਤਾ ਤੁਹਾਡੇ ਤੋਂ ਪਵਿੱਤਰ ਆਤਮਾ ਦੂਰ ਹੋ ਜਾਏਗਾ। ਮੈਂ ਤੁਹਾਨੂੰ ਪਹਿਲਾਂ ਵੀ ਦੱਸਦੀ, ਆਪਣੀ ਆਤਮਿਕ ਲਾਈਫ ਦੇ ਨਾਲ ਕਦੇ ਵੀ ਸਮਝੌਤਾ ਨਾ ਕਰੋ, ਆਪਣੀ ਆਤਮਿਕ ਲਾਈਫ ਦੇ ਨਾਲ ਕਦੇ ਵੀ ਸਮਝੌਤਾ ਨਾ ਕਰੋ। ਹਰ ਚੀਜ਼ ਨਾਲ ਤੁਸੀਂ ਸਮਝੌਤਾ ਕਰ ਸਕਦੇ ਹੋ, ਪਰ ਆਪਣੀ ਆਤਮਿਕ ਲਾਈਫ ਦੇ ਨਾਲ ਕਦੇ ਤੁਸੀਂ ਸਮਝੌਤਾ ਨਹੀਂ ਕਰ ਸਕਦੇ। ਫਿਰ ਤੁਸੀਂ ਰਹਿੰਦੇ ਹੋ ਕਿ ਹਾਂ, ਫਿਰ ਪਤਾ ਨਹੀਂ ਲੱਗਦਾ, ਇੱਕ ਨਿਰਾਸ਼ਾ ਲਾਈਫ ਦੇ ਵਿੱਚ ਰਹਿੰਦੀ ਆ। ਜਦੋਂ ਪਵਿੱਤਰ ਆਤਮਾ ਹਟ ਜਾਂਦਾ ਆ, ਚਿੰਤਾ ਰਹਿੰਦੀ ਆ, ਨਿਰਾਸ਼ਾ ਰਹਿੰਦੀ ਆ, ਬੁੱਧੀ ਬੰਦ ਹੋ ਜਾਂਦੀ, ਪਤਾ ਹੀ ਨਹੀਂ ਲੱਗਦਾ ਕੀ ਕਰਨਾ ਆ। ਪਰ ਜਦੋਂ ਤੁਸੀਂ ਸੰਸਾਰ ਦੇ ਸਦ੍ਰਿਸ਼ ਨਹੀਂ ਬਣਦੇ, ਉਹਨਾਂ ਚੀਜ਼ਾਂ ਦੇ ਵਿੱਚ ਤੁਸੀਂ ਨਹੀਂ ਸ਼ਾਮਿਲ ਹੁੰਦੇ, ਤਾਂ ਪਵਿੱਤਰ ਆਤਮਾ ਤੁਹਾਡੇ ਉੱਤੇ ਰਹਿੰਦਾ, ਤੁਸੀਂ ਹਰ ਚਿੰਤਾ ਤੋਂ ਆਜ਼ਾਦ ਰਹਿੰਦੇ ਹੋ, ਤੁਹਾਨੂੰ ਪਰਮੇਸ਼ਰ ਦਾ ਆਤਮਾ ਗਾਈਡ ਕਰਦਾ ਆ, ਤੁਸੀਂ ਨਮਰਤਾਈ ਦੇ ਵਿੱਚ ਰਹਿੰਦੇ ਹੋ, ਪਰਮੇਸ਼ਰ ਫਿਰ ਤੁਹਾਨੂੰ ਬਲੈਸ ਕਰਦਾ ਆ। ਔਰ 4th ਪੁਆਇੰਟ ਆਪਾਂ ਸਿੱਖਾਂਗੇ ਕਿ ਸੰਸਾਰ ਕੇ ਉੱਪਰ ਜੈ ਪ੍ਰਾਪਤ ਕਰੇ। ਪਰਮੇਸ਼ਰ ਕੀ ਚਾਹੁੰਦਾ ਕਿ ਮੇਰੇ ਲੋਕ ਜਿਹੜੇ ਉਹ ਸੰਸਾਰ ਦੇ ਉੱਤੇ ਜਿੱਤ ਨੂੰ ਪ੍ਰਾਪਤ ਕਰਨ। ਆਪਾਂ ਵਚਨ ਦੇ ਵਿੱਚ ਸਿੱਖਾਂਗੇ 1 ਯੋਹੰਨਾ ਜਦੋਂ 5:4 'ਚ ਲਿਖਿਆ ਹੋਇਆ, ਬਾਈਬਲ 'ਚ ਲਿਖਿਆ, ਕਿਉਂਕਿ ਜੋ ਕੁਛ ਪਰਮੇਸ਼ਰ ਸੇ ਉਤਪੰਨ ਹੁਆ ਹੈ ਵਹਿ ਸੰਸਾਰ ਪਰ ਜੈ ਪ੍ਰਾਪਤ ਕਰਤਾ ਹੈ, ਔਰ ਵਹਿ ਵਿਜੇ ਜਿਸਸੇ ਸੰਸਾਰ ਪਰ ਜੈ ਪ੍ਰਾਪਤ ਹੋਤੀ ਹੈ ਹਮਾਰਾ ਵਿਸ਼ਵਾਸ ਹੈ। ਅੱਜ ਪਰਮੇਸ਼ਰ ਕੀ ਚਾਹੁੰਦਾ ਕਿ ਮੇਰੀ ਕਲੀਸੀਆ ਸੰਸਾਰ ਦੇ ਉੱਤੇ ਕੀ ਪ੍ਰਾਪਤ ਕਰਨ? ਜਿੱਤ ਪ੍ਰਾਪਤ ਕਰੇ। ਸ਼ੈਤਾਨ ਦੀਆਂ ਚੀਜ਼ਾਂ ਦੇ ਉੱਤੇ ਜਿੱਤ ਪ੍ਰਾਪਤ ਕਰੇ। ਜਿੱਤ ਕਿੱਦਾਂ ਪ੍ਰਾਪਤ ਕਰੋਗੇ? ਕਿਸ ਤਰ੍ਹਾਂ ਸੰਸਾਰ ਦੇ ਉੱਤੇ ਜਿੱਤ ਪ੍ਰਾਪਤ ਕਰੋਗੇ? ਕਿਸ ਤਰ੍ਹਾਂ ਸ਼ੈਤਾਨ ਦੇ ਉੱਤੇ ਜਿੱਤ ਪ੍ਰਾਪਤ ਕਰੋਗੇ? ਅਗਰ ਆਤਮਾ ਦੇ ਅਨੁਸਾਰ ਚੱਲੋਗੇ ਤਾਂ ਤੁਸੀਂ ਸੰਸਾਰ ਦੇ ਉੱਤੇ ਜਿੱਤ ਨੂੰ ਪ੍ਰਾਪਤ ਕਰੋਗੇ। ਯਿਸੂ ਮਸੀਹ ਨੇ ਮੌਤ ਦੇ ਉੱਤੇ ਫਤਿਹ ਪਾਈ। ਕਿਉਂ ਪਾਈ? ਕਿਉਂਕਿ ਉਹਨੇ ਆਪਣੇ ਪਿਤਾ ਦੀ ਉਸ ਗੱਲ ਨੂੰ, ਉਸ ਬੁਲਾਹਟ ਨੂੰ ਪੂਰਾ ਕੀਤਾ, ਔਰ ਮੌਤ ਦੇ ਉੱਤੇ, ਸ਼ੈਤਾਨ ਦੇ ਉੱਤੇ ਉਹਨੇ ਫਤਿਹ ਪਾਈ।